हाँ जी, स्वागत है जी साढ़े YouTube चैनल ते Facebook पेज तत्त गुरमत ज्ञान TV उपर। हमेशा की तरह प्रोग्राम लेके हाजिर हाँ जी। जप विचार भाग 11। अज असी इस प्रोग्राम दे विच जप बाणी दी, जो कि गुरु नानक साहब द्वारा उच्चारण की हुई बाणी है, जप बाणी दी 10वीं पौड़ी, सॉरी जी 9वीं पौड़ी का जिहड़ा ਉਹਦੇ ਵਿੱਚ ਅਸਲ ਭਾਵ ਜਿਹੜਾ ਹੈਗਾ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ। ਅਤੇ ਜਿਵੇਂ ਪਿਛਲੀ ਪੌੜੀ ਦੇ ਵਿੱਚ ਅਸੀਂ ਸਮਝਿਆ ਸੀ, ਜਿਹੜੀ ਕਿ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਵਾਲੀ ਪੌੜੀ ਹੈ, ਉਹਦੇ ਵਿੱਚ ਸੁਣਿਆ ਦਾ ਜਿਹੜਾ ਕਨਸੈਪਟ ਆ ਉਹ ਕਿਵੇਂ ਕਿਸ ਤਰੀਕੇ ਦਾ ਆ, ਕਿਸ ਪ੍ਰਕਾਰ ਦਾ ਆ, ਕਿਸ ਸੰਦਰਭ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕੀਤੀ ਹੈ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਇਸ ਪ੍ਰੋਗਰਾਮ ਦੇ ਵਿੱਚ ਸਤਿਕਾਰਯੋਗ ਬਾਪੂ ਇੰਦਰ ਸਿੰਘ ਘੱਗਾ ਜੀ। ਸਵਾਗਤ ਹੈ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਜਿਹੜਾ ਆਪਾਂ ਪਿਛਲੀ ਪੌੜੀ ਦੇ ਵਿੱਚ ਕੀਤਾ ਸੀਗਾ, ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼, 8ਵੀਂ ਪੌੜੀ ਦੇ ਵਿੱਚ, ਅੱਜ ਆਪਾਂ 9ਵੀਂ ਪੌੜੀ ਦਾ ਜੋ ਮੁੱਖ ਭਾਵ ਲੈ ਕੇ ਚੱਲਣਾ ਆ, ਮੈਂ ਇੱਕ ਵਾਰੀ ਉਚਾਰਨ ਕਰ ਦਿੰਦਾ ਵਾਂ ਤਾਂ ਜੋ ਸਾਡੇ ਸਰੋਤਿਆਂ ਨੂੰ ਪਤਾ ਲੱਗ ਜਾਵੇ ਕਿ ਇਹ ਪੌੜੀ ਜਿਹੜੀ ਹੈਗੀ ਆ ਉਹ ਪੂਰੀ ਪੌੜੀ ਕਿਹੜੀ ਆ। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਬਾਪੂ ਜੀ, ਜਿਹੜੀ ਇਹਦੇ ਵਿੱਚ ਆਮ ਤੌਰ 'ਤੇ ਜਿਹੜੇ ਸਨਾਤਨ ਦੇ ਜਿਹੜੇ ਦੇਵੀ ਦੇਵਤਿਆਂ ਦਾ ਜ਼ਿਕਰ ਮਿਲਦਾ ਆ, ਈਸ਼ਰ ਦਾ, ਬ੍ਰਹਮਾ ਦਾ, ਇੰਦਰ ਦਾ, ਇਸ ਇਹ ਕਿਸ ਪ੍ਰਕਾਰ ਦੇ ਵਿੱਚ, ਕਿਸ ਸੰਦਰਭ ਦੇ ਵਿੱਚ ਮਿਲਦਾ ਆ? ਕਿਉਂਕਿ ਆਮ ਤੌਰ 'ਤੇ ਜਿਵੇਂ ਉੱਪਰ ਆਪਾਂ ਗੱਲ ਕੀਤੀ ਸੀ ਨਾ, ਜਿਹੜੇ ਟੀਕਾਕਾਰ ਆ, ਟੀਕਾਕਾਰ ਸੁਣਿਆ ਸਿੱਧ ਪੀਰ, ਵੀ ਸੁਣਨ ਦੇ ਨਾਲ ਜਿਹੜੇ ਸਿੱਧਾਂ ਪੀਰਾਂ ਵਰਗੇ ਬਣ ਜਾਂਦੇ, ਉਸੇ ਤਰੀਕੇ ਦੇ ਨਾਲ ਇੱਥੇ ਵੀ ਅਰਥ ਜਿਹੜੇ ਸੇਮ ਕਰਦੇ ਆ, ਜਿਹੜੇ ਸੁਣਨ ਦੇ ਨਾਲ ਜਿਹੜੇ ਈਸ਼ਰ ਬ੍ਰਹਮਾ ਇੰਦਰ ਵਰਗੇ ਬਣ ਜਾਂਦੇ ਆ। ਪਰ ਇਹਨਾਂ ਜਿਹੜੇ ਬ੍ਰਹਮਾ ਇੰਦਰ ਜਿਹੜੇ ਹੈਗੇ ਨੇ, ਇਹਨਾਂ ਦੇ ਉੱਪਰ ਤਾਂ ਬੜੇ ਐਲੀਗੇਸ਼ਨ ਲੱਗਦੇ ਆ ਮਿਥਿਹਾਸ ਦੇ ਵਿੱਚ ਵੀ, ਤੇ ਜਿਹੜਾ ਸਾਡਾ ਸੰਦਰਭ ਐਲੀਗੇਸ਼ਨਾਂ ਵਾਲਾ ਕਦੇ ਵੀ ਨਹੀਂ ਹੋ ਸਕਦਾ ਆ। ਸਾਡਾ ਜਿਹੜਾ ਮੇਨ ਕਨਸੈਪਟ ਆ ਉਹ ਐਲੀਗੇਸ਼ਨਾਂ ਤੋਂ ਬਿਲਕੁਲ ਹੀ ਪਰੇ ਹੈਗਾ ਆ, ਭਾਵ ਕਿ ਜਿਹੜੀਆਂ ਟੀਕਾ ਟਿੱਪਣੀਆਂ ਜਿਹੜੀਆਂ ਦੂਸਰਿਆਂ ਦੇ ਉੱਪਰ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਨੇ ਜਿਹਨਾਂ ਦਾ ਵੀ ਜ਼ਿਕਰ ਕੀਤਾ ਆ ਉਹ ਚੰਗੇ ਭਾਵ ਵਾਲਿਆਂ ਦਾ ਹੀ ਕੀਤਾ ਆ, ਬਾਕੀ ਦੀ ਤਾਂ ਸਭ ਦੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਲੋਚਨਾ ਜਿੱਥੇ ਹੋ ਸਕਦੀ ਹੈ ਸਭ ਦੀ ਕੀਤੀ ਹੈ। ਤੇ ਇਹ ਸਾਡੇ ਸਰੋਤਿਆਂ ਨੂੰ ਜ਼ਰੂਰ ਸਾਂਝ ਪਾ ਦਿਓ ਜੀ ਕਿ ਇਸ ਪੌੜੀ ਦਾ ਜਿਹੜਾ ਮੁੱਖ ਭਾਵ ਹੈਗਾ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁੱਖ ਸਾਲਾਹਣ ਮੰਦ, ਇਹ ਕਿਸ ਰੂਪ ਦੇ ਵਿੱਚ ਜਿਹੜੀ ਇਹ ਪੌੜੀ ਨੂੰ ਅਸੀਂ ਬਿਆਨ ਕਰ ਸਕਦੇ ਹਾਂ ਜੀ? ਜੀ ਬਾਪੂ ਜੀ। ਹਾਂਜੀ, ਜਿਹੜੀ ਹੈ ਸਾਡੇ ਗੁਰਬਾਣੀ ਦੇ ਵਿੱਚ ਨਵੀਨਤਾ ਜਿਹੜੀ ਆਉਣੀ ਚਾਹੀਦੀ ਸੀ, ਅਰਥਾਂ ਦੇ ਵਿੱਚ ਵੀ ਤੇ ਅਰਥਾਂ ਨੂੰ ਸੁਣ ਕੇ ਸਮਝ ਕੇ ਸਾਡੀ ਜ਼ਿੰਦਗੀ ਦੇ ਵਿੱਚ ਨਿੱਤ ਨਵੀਨਤਾ ਆਉਣੀ ਚਾਹੀਦੀ ਸੀ, ਅਗਾਂਹ ਵਧੂ ਵਿਕਾਸਮਈ ਅਸੀਂ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਸੀ। ਦੁਨੀਆਂ ਦੇ ਵਿੱਚ ਜਾਣੀ ਕਿ ਪੱਛਮੀ ਮੁਲਕ ਖਾਸ ਕਰਕੇ ਉਹ ਵਿਕਾਸਮਈ ਜ਼ਿੰਦਗੀ ਜਿਉ ਰਹੇ ਨੇ, ਕਾਢਾਂ ਕੱਢ ਰਹੇ ਨੇ, ਉਹਨਾਂ ਨੇ ਧਰਮ ਨੂੰ ਤਾਂ ਇੱਥੋਂ ਤੱਕ ਪਾਸੇ ਵੀ ਰੱਖ ਦਿੱਤਾ। ਜਿਹੜੇ ਧਰਮ ਦੀਆਂ ਪੁਰਾਤਨ ਰਵਾਇਤਾਂ ਨਾਲ ਚੁੱਕੀ ਫਿਰਦੇ ਨੇ ਉਹ ਕਦੀ ਇਹ ਨਹੀਂ ਸੋਚਦੇ ਹਨ ਕਿ ਸਾਡੇ ਇਸ ਪੁਰਾਣੀ ਰਵਾਇਤ ਨੇ ਸਮਾਜ ਨੂੰ ਕੀ ਦਿੱਤਾ ਤੇ ਹੁਣ ਅਸੀਂ ਕੀ ਸਮਾਰ ਰਹੇ ਹਾਂ ਆਪਣੇ ਲੋਕਾਂ ਦਾ। ਇੱਥੇ ਗੁਰੂ ਨਾਨਕ ਸਾਹਿਬ ਸਾਨੂੰ ਚਾਰੇ ਪੌੜੀਆਂ ਦੇ ਵਿੱਚ ਇੱਕ ਗੱਲ ਤਾਂ ਧਿਆਨ ਰਹੇ, ਹਰੇਕ ਪੌੜੀ ਦੇ ਅਖੀਰ 'ਚ ਜਿਹੜੀਆਂ ਪੰਕਤੀਆਂ ਨੇ ਉਹਨਾਂ ਨੂੰ ਜੇ ਅਸੀਂ ਸਮਝ ਲਿਆ ਕਰੀਏ ਤਾਂ ਸ਼ੱਕ ਨਹੀਂ ਕੋਈ ਰਹਿ ਜਾਂਦਾ। ਉੱਥੇ ਲਿਖਿਆ ਹਰੇਕ ਥਾਂ ਤੇ ਨਾਨਕ ਭਗਤਾਂ ਸਦਾ ਵਿਗਾਸ, ਜੀ ਜਿਹੜੇ ਉਹਦੇ ਭਗਤ ਅਖਾਉਂਦੇ ਨੇ ਤੇ ਭਗਤ ਦਾ ਮਹਿਨਾ ਵੀ ਕਈ ਤਾਂ ਮਾਲਾ ਫੜ ਕੇ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਬਣਾ ਕੇ ਬਹਿ ਜਾਂਦੇ ਨੇ। ਜਦੋਂ ਅਸੀਂ ਗੁਰਬਾਣੀ ਦਾ ਸੈਂਟਰਲ ਆਈਡੀਆ ਗੁਰਬਾਣੀ ਚੋਂ ਲੱਭਾਂਗੇ, ਪਹਿਲੀ ਗੱਲ ਤਾਂ ਪੁਰਾਤਨ ਸਮੇਂ 'ਚ ਜਿਹੜੇ ਮਹਾਂਪੁਰਖ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਆਉਂਦੇ ਨੇ, ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ, ਉਹਨਾਂ ਸਾਰਿਆਂ ਨੂੰ ਭਗਤ ਆਖਿਆ। ਪਰ ਉਹ ਭਗਤ ਕ੍ਰਾਂਤੀਕਾਰੀ ਸੀ, ਕੋਈ ਮਾਲਾ ਫੇਰਨ ਵਾਲੇ ਨਹੀਂ ਸੀ, ਉਹ ਤਾਂ ਮਾਲਾ ਵਗੈਰਾ ਅਤੇ ਹੋਰ ਜਿਹੜੇ ਪੁੱਠੇ ਸਿੱਧੇ ਕੰਮ ਸੀ ਉਹਨਾਂ ਦੇ ਵਿਰੋਧੀ ਸੀ ਉਹ। ਬਿਲਕੁਲ ਜੀ, ਹਾਂ, ਭਗਤ ਸ਼ਬਦ ਇੱਕ ਸਤਿਕਾਰ ਦੇ ਤੌਰ ਤੇ ਵਰਤਿਆ ਗਿਆ ਹੋਇਆ। ਖੈਰ ਇਸੇ ਤਰ੍ਹਾਂ ਗੁਰਬਾਣੀ 'ਚ ਇਹ ਵੀ ਲਿਖਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਅਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਉਹ ਕਿਹੜੀ ਚਾਲ ਹੈ ਉਹਨਾਂ ਦੀ, ਭਾਵ ਕਿ ਜ਼ਿੰਦਗੀ ਨਾਲੋਂ ਅਲੱਗ ਤਰੀਕਾ ਹੈ। ਇੱਕ ਕ੍ਰਾਂਤੀਕਾਰੀ, ਇੱਕ ਸਿਆਣਪ ਵਾਲਾ, ਅਕਲ ਵਾਲਾ, ਪਰਉਪਕਾਰ ਵਾਲਾ, ਗੁਣਾਂ ਨਾਲ ਭਰਪੂਰ ਉਹਨਾਂ ਦਾ ਜੀਵਨ ਹੈ ਤੇ ਉਹ ਅਸੀਂ ਭੁੱਲ ਗਏ। ਸਾਡੇ ਸਿੱਖਾਂ ਦੇ ਵਿੱਚ ਵੀ ਪ੍ਰਚਾਰਕਾਂ ਨੇ ਤੇ ਕਈ ਜਥੇਦਾਰਾਂ ਨੇ, ਜਥੇਬੰਦੀਆਂ ਦੇ ਮੁਖੀਆਂ ਨੇ, ਕਈ ਡੇਰੇਦਾਰਾਂ ਦੇ ਮੁਖੀਆਂ ਨੇ ਸਿੱਖਾਂ ਨੂੰ ਮਾਲਾ ਫੜਾ ਦਿੱਤੀ, ਮੰਤਰ ਜਪਾ ਦਿੱਤੇ, ਅੱਖਾਂ ਬੰਦ ਕਰਵਾ ਦਿੱਤੀਆਂ,
ਤੇ ਉਹਨਾਂ ਨੂੰ ਜਪਜੀ ਸਾਹਿਬ ਦੇ ਇੰਨੇ ਪਾਠ, ਸੁਖਮਨੀ ਸਾਹਿਬ ਦੇ ਇੰਨੇ ਪਾਠ, ਅਖੰਡ ਪਾਠ, ਕੋਤਰੀਆਂ ਕਿਹੜੇ ਰਾਹ ਪਾ ਦਿੱਤਾ, ਉਹਦਾ ਨਤੀਜਾ ਸਾਡੇ ਸਾਹਮਣੇ ਆ। ਅੱਜ ਸਿੱਖ ਪੱਥਰ ਬਣ ਚੁੱਕੇ ਨੇ, ਅਕਲ ਦੇ ਖਾਨੇ ਬੰਦ ਹੋ ਚੁੱਕੇ ਨੇ, ਕਿਸੇ ਵੀ ਚੀਜ਼ ਦੀ ਸੋਚ ਸਮਝ ਤੋਂ ਲਗਭਗ ਜ਼ੀਰੋ ਦੇ ਬਰਾਬਰ ਪਹੁੰਚ ਚੁੱਕੇ ਨੇ। ਇਹ ਬਹੁਤ ਦੁਖਦਾਈ ਪੱਖ ਹੈ ਜੀ। ਵਿਕਾਸ ਵਾਲੀ ਗੱਲ ਸਾਨੂੰ ਉੱਕੀ ਭੁੱਲ ਗਈ ਹੈ। ਹੁਣ ਇੱਥੇ ਆਪਾਂ ਜਿਹੜਾ ਸੁਣਿਆ ਈਸ਼ਰ ਬ੍ਰਹਮਾ ਇੰਦ, ਹੁਣ ਇੰਦ ਈਸ਼ਰ ਬ੍ਰਹਮਾ ਆਦਿਕ ਦਾ ਜਦੋਂ ਗੁਰੂ ਨਾਨਕ ਦੀ ਹੀ ਹੋਰ ਬਾਣੀ ਆਪਾਂ ਪੜ੍ਹੀਏ, ਉਹਦੇ ਵਿੱਚ ਸਾਫ਼ ਲਿਖਿਆ ਮਿਲਦਾ ਹੈ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਭਗ ਹੂਏ ਤਾਮਨ ਪਛੋ ਤਾਇਆ। ਉਹ ਭਾਈ ਇੰਦਰ ਤਾਂ ਗਲਤੀ ਕਰਕੇ ਗੌਤਮ ਰਿਸ਼ੀ ਦੀ ਪਤਨੀ ਦੇ ਨਾਲ ਦੁਰਵਿਵਹਾਰ ਕੀਤਾ ਤੇ ਉਹਨੂੰ ਫਿਰ ਕਹਾਣੀ ਦੇ ਮੁਤਾਬਕ ਸਰਾਪ ਮਿਲ ਗਿਆ ਤੇ ਸਰਾਪ ਦੇ ਕਾਰਨ ਉਹਦਾ ਕੀ ਹਾਲ ਹੋਇਆ। ਹੁਣ ਜਿਹੜਾ ਇੰਦਰ ਇਹੋ ਜਿਹੇ ਕੰਮ ਕਰਦਾ ਹੈ ਤੇ ਉਹਦੀ ਵਡਿਆਈ ਗੁਰੂ ਨਾਨਕ ਸਾਹਿਬ ਕਿੱਥੇ ਕਰਨਗੇ ਤੇ ਉਹਦੇ ਵਰਗਾ ਸਾਨੂੰ ਕਾਹਦੇ ਵਾਸਤੇ ਬਣਾਉਣਗੇ। ਪਰ ਸਾਡੇ ਪ੍ਰਚਾਰਕਾਂ ਨੇ, ਸਾਡੇ ਲਿਖਾਰੀਆਂ ਨੇ ਸਾਨੂੰ ਇਹੀ ਦੱਸਿਆ ਕਿ ਆਹ ਦੇਖੋ ਜੀ, ਅਸੀਂ ਬਾਣੀ ਪੜ੍ਹ ਕੇ ਜਾਂ ਨਾਮ ਸਿਮਰ ਕੇ ਇੰਦਰ ਬ੍ਰਹਮਾ ਆਦਿਕ ਜਿਹੜੇ ਪੁਰਾਣੇ ਦੇਵੀ ਦੇਵਤੇ ਹੋਏ ਨੇ, ਅਸੀਂ ਉਹਨਾਂ ਵਰਗੇ ਬਣ ਜਾਂਦੇ ਹਾਂ। ਨਾਮ ਸੁਣਨ ਦੇ ਨਾਲ ਅਸੀਂ ਉਹਨਾਂ ਵਰਗੇ ਬਣ ਜਾਂਦੇ ਹਾਂ। ਇਹਨਾਂ ਨੂੰ ਕਹਾਣੀਆਂ ਨੂੰ ਇਸ ਪਾਸੇ ਮੁੜ ਕੇ ਲੈ ਜਾਂਦੇ ਨੇ। ਗੱਡੀ ਦੀ ਘਾਟ ਜਾਂ ਸਾਡੀ ਸੋਚ ਸਮਝ ਦੀ ਘਾਟ, ਵਿਗਿਆਨਕ ਨਜ਼ਰੀਏ ਦੀ ਕਮੀ ਤੇ ਪਰੰਪਰਾ ਬੱਝੇ ਬੱਝੇ ਇਸੇ ਤਰ੍ਹਾਂ ਦੇ ਅਰਥ ਕੀ ਕਰੀ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸੁਣਿਆ ਈਸ਼ਰ ਬ੍ਰਹਮਾ ਇੰਦ, ਅਸੀਂ ਸੁਣ ਲਈਆਂ ਭਾਈ ਉਹਨਾਂ ਦੀਆਂ ਕਹਾਣੀਆਂ ਬਹੁਤ ਸੁਣ ਲਈਆਂ, ਹੁਣ ਸਾਨੂੰ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਅੱਗੇ ਲੰਘਣਾ ਪੈ ਰਿਹਾ ਕਿਉਂਕਿ ਉਹਨਾਂ ਨੇ ਸਮਾਜ ਦਾ ਕੁਝ ਸਵਾਰਿਆ ਨਹੀਂ ਤੇ ਉਹਨਾਂ ਕਹਾਣੀਆਂ ਦੇ ਕਾਰਨ ਅਸੀਂ ਪਛੜ ਗਏ ਹਾਂ ਦੁਨੀਆਂ ਨਾਲੋਂ, ਸਮਾਜ ਦੇ ਵਿੱਚ ਅਸੀਂ ਕੋਈ ਤਰੱਕੀ ਨਹੀਂ ਕਰ ਸਕੇ ਤੇ ਅੱਜ ਸਾਨੂੰ ਨਵੀਆਂ ਗੱਲਾਂ, ਨਵੀਆਂ ਕਾਢਾਂ, ਨਵੇਂ ਵਿਚਾਰ, ਨਵੀਂ ਸੋਚ ਆਪਣੀ ਲਿਆਉਣੀ ਪਊਗੀ। ਹੁਣ ਅਸੀਂ ਬਹੁਤ ਸੁਣ ਲਿਆ, ਸਦੀਆਂ ਤੋਂ ਸੁਣਦੇ ਆ ਰਹੇ ਹਾਂ, ਪਰ ਹੁਣ ਉਹ ਸਾਡੇ ਕਿਸੇ ਕੰਮ ਦੀਆਂ ਨਹੀਂ। ਅਸੀਂ ਸੁਣਿਆ ਸਿੱਧ ਪੀਰ ਸੁਰਨਾਥ, ਇਸੇ ਤਰ੍ਹਾਂ ਉਹਨਾਂ ਤੋਂ ਬਾਅਦ ਸੁਣਿਆ ਈਸ਼ਰ ਬ੍ਰਹਮਾ ਇੰਦ, ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਨੇ, ਇਹਨਾਂ ਨੂੰ ਅਸੀਂ ਭਾਈ ਸੁਣ ਲਿਆ। ਗੁਰੂ ਸਾਹਿਬ ਤਾਂ ਇੱਥੋਂ ਤਾਂ ਕਹਿੰਦੇ ਨੇ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤਰ ਜਿਨ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾ ਬਣਿਆ। ਭਾਈ ਇਹ ਤਾਂ ਇੱਕ ਮਾਇਆ ਦੀ ਖੇਡ ਹੈ, ਕਾਲਪਨਿਕ ਚੀਜ਼ਾਂ ਨੇ ਤੇ ਬ੍ਰਾਹਮਣ ਨੇ ਪੁਜਾਰੀ ਨੇ ਇਹਨਾਂ ਨੂੰ ਸਾਡੇ ਸਾਹਮਣੇ ਰੱਖ ਦਿੱਤਾ, ਅਸੀਂ ਇਹਨਾਂ ਦੇ ਪਿੱਛੇ ਲੱਗ ਗਏ ਹਾਂ ਤੇ ਇਹਦੇ ਵਿੱਚੋਂ ਸਾਡੀ ਜ਼ਿੰਦਗੀ ਖੜੋਤ ਦਾ ਸ਼ਿਕਾਰ ਹੋ ਗਈ ਹੈ। ਆਪਾਂ ਸਦਾ ਵਿਕਾਸ ਕਰਨਾ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸੁਣਿਆ ਅਸੀਂ ਬਹੁਤ ਕੁਝ ਸੁਣ ਲਿਆ ਭਾਈ, ਹੁਣ ਬਸ ਕਰ ਜੋ, ਹੁਣ ਸਾਨੂੰ ਅੱਗੇ ਦਾ ਕੋਈ ਕੰਮ ਕਰ ਲੈਣ ਦਿਓ। ਈਸ਼ਰ ਬ੍ਰਹਮਾ ਇੰਦ ਦੀਆਂ ਕਹਾਣੀਆਂ ਅਸੀਂ ਬਹੁਤ ਸੁਣ ਲਈਆਂ ਨੇ ਜੀ। ਭਾਵ ਕਿ ਜਿਹੜਾ ਅਸੀਂ ਇਹਨਾਂ ਦੇ ਬਾਰੇ ਬਹੁਤ ਕੁਝ ਸੁਣਿਆ, ਜਿਵੇਂ ਹੁਣ ਤੁਸੀਂ ਇਹਦਾ ਜ਼ਿਕਰ ਕੀਤਾ ਆ ਇੰਦਰ ਦਾ ਜਾਂ ਤੁਸੀਂ ਬ੍ਰਹਮਾ ਦਾ, ਇਹਨਾਂ ਦੇ ਉੱਪਰ ਕਿੰਨੇ ਕਿੰਨੇ ਐਲੀਗੇਸ਼ਨ ਜਿਹੜੇ ਕਿੰਨੀਆਂ ਕਿੰਨੀਆਂ ਇਹਨਾਂ ਦੇ ਉੱਪਰ ਤੁਹਮਤਾਂ ਲੱਗਦੀਆਂ ਨੇ, ਖੁਦ ਮਿਥਿਹਾਸ ਦੇ ਗ੍ਰੰਥਾਂ ਦੇ ਵਿੱਚ ਲੱਗਦੀਆਂ ਨੇ। ਤੇ ਸਾਡਾ ਜਿਹੜਾ ਪ੍ਰਚਾਰਕ ਲਾਣਾ ਹੈਗਾ, ਉਹ ਸਾਡੇ ਇਤਿਹਾਸਕ ਜਿਹੜੇ ਪਾਤਰ ਹੈਗੇ ਆ, ਸਾਡੇ ਇਤਿਹਾਸਕ ਪਾਤਰ ਆ ਜਿਹੜੇ, ਉਹਨਾਂ ਨੂੰ ਵੀ ਇਹਨਾਂ ਇਹਨਾਂ ਦਾ ਹੀ ਬਣਾਉਣ ਦਾ ਜਿਹੜਾ ਇੱਕ ਮੁੱਖ ਜਿਹੜਾ ਮੰਤਵ ਲੈ ਕੇ ਚੱਲਿਆ ਹੋਇਆ, ਕਿਉਂਕਿ ਆਮ ਤੌਰ 'ਤੇ ਸਾਡੇ ਤਖਤਾਂ ਦੇ ਜਥੇਦਾਰ ਆ ਜਿਹੜੇ, ਉਹ ਵੀ ਸਟੇਜਾਂ ਦੇ ਉੱਪਰ ਕਥਾ ਕਰਦੇ ਮਿਲ ਜਾਂਦੇ ਆ ਕਿ ਜੀ ਜਿਹੜੇ ਛੋਟੇ ਸਾਹਿਬਜ਼ਾਦੇ ਆ ਜਾਂ ਵੱਡੇ ਸਾਹਿਬਜ਼ਾਦੇ ਆ, ਉਹ ਜਿਹੜੇ ਇਹਨਾਂ ਦਾ ਇੰਦਰ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਦਾ ਜਿਹੜਾ ਹੈਗਾ ਆ, ਇਹਨਾਂ ਦਾ ਹੀ ਜਿਹੜੇ ਨਵੀਨ ਆਪਾਂ ਕਹਿ ਲਓ ਨਵੀਨ ਜਨਮ ਜਿਹੜਾ ਇਹਨਾਂ ਦਾ ਹੋਇਆ ਆ, ਇਹਨਾਂ ਪੁਰਾਣੇ ਪਾਤਰਾਂ ਦਾ ਅਵਤਾਰ ਧਾਰ ਲਿਆ, ਹੈ ਨਾ ਜੀ, ਅਵਤਾਰ ਧਾਰ ਲਿਆ ਕਹਿ ਦਿੰਦੇ ਭਾਵ ਇਸ ਤਰੀਕੇ ਦਾ। ਜਾਂ ਪੰਜ ਪਿਆਰਿਆਂ ਨੂੰ ਜਿਹੜੇ ਨਾਮ ਮਿਲਦੇ ਆ, ਭਾਈ ਦਇਆ ਸਿੰਘ, ਉਹਨਾਂ ਨੂੰ ਵੀ ਜਿਹੜਾ ਪਿਛਲੇ ਬੰਨਿਆਂ ਤੋਂ ਲੈ ਜਾਂਦਾ, ਜਾਂ ਭਗਤ ਕਬੀਰ ਸਾਹਿਬ ਦੇ ਨਾਲ ਵੀ ਜਿਹੜੀਆਂ ਬੜਾ ਕੁਝ ਜੋੜਿਆ ਜਾਂਦਾ, ਬਹੁਤ ਬੜਾ ਕੁਝ ਮਿਲਦਾ ਆ, ਜਾਣ ਬੁੱਝ ਕੇ ਜੋੜਿਆ ਜਾਂਦਾ ਆ। ਹੁਣ ਮੈਂ ਅਗਲੀ ਜਿਹੜੀ ਪੰਕਤੀ ਵੱਲ ਜਾਵਾਂ ਜੀ, ਇਹਦੇ ਵਿੱਚ ਲਿਖਿਆ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਸੁਣਿਆ ਮੁੱਖ ਸਲਾਹਣ ਮੰਦ, ਕਿ ਇਹ ਇਹ ਇੱਥੇ ਜਿਹੜਾ ਕਿਸ ਤਰੀਕੇ ਦੀ ਸਲਾਹਣਾ ਜਾਂ ਮੰਦ ਜਿਹੜੀ ਇਹ ਜਿਹੜੀ ਸ਼ਬਦ ਆ, ਇਹ ਅੱਖਰ ਹੈਗਾ, ਲਫ਼ਜ਼ ਹੈਗਾ, ਇਹ ਕਿਸ ਰੂਪ ਦੇ ਵਿੱਚ ਆਏ ਆ ਜੀ? ਜੀ ਬਾਪੂ ਜੀ ਕਹਿੰਦੇ ਸੁਣਨ ਦੇ ਨਾਲ ਤੁਹਾਡੀ ਜਿਹੜੀ ਹੈ ਬੁੱਧੀ ਉਹ ਚੰਗੀ ਹੋ ਜਾਵੇਗੀ, ਬੁਰਾਈਆਂ ਤੁਹਾਡੀਆਂ ਖਤਮ ਹੋ ਜਾਣਗੀਆਂ, ਚੰਗੇ ਇਨਸਾਨ ਤੁਸੀਂ ਬਣ ਜਾਓਗੇ। ਪਰ ਇਹੋ ਜਿਹੀਆਂ ਗੱਲਾਂ ਦੇ ਨਾਲ ਅਸੀਂ ਕਦੀ ਚੰਗੇ ਨਹੀਂ ਬਣਦੇ,
ਚੰਗੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਤੌਰ 'ਤੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ, ਫਿਰ ਅਸੀਂ ਚੰਗੇ ਬਣਦੇ। ਜੇ ਕੋਈ ਆਖੀ ਜਾਵੇ ਕਿ ਅੰਬ ਬਹੁਤ ਚੰਗੇ ਹੁੰਦੇ ਨੇ, ਅੰਬ ਸਿਹਤ ਵਾਸਤੇ ਚੰਗੇ ਹੁੰਦੇ ਨੇ, ਪਰ ਅੰਬਾਂ ਤੱਕ ਉਹ ਪਹੁੰਚੇ ਨਾ, ਖਾਵੇ ਨਾ, ਤੇ ਫਿਰ ਉਹਨੂੰ ਫਾਇਦਾ ਕੀ ਹੋਇਆ? ਇਸੇ ਤਰ੍ਹਾਂ ਡਾਕਟਰ ਇਲਾਜ ਕਰਦਾ ਜੀ, ਡਾਕਟਰ ਇਲਾਜ ਕਰਦਾ ਜੀ, ਸਾਰੀ ਉਮਰ ਕਹੀ ਜਾਵੇ ਪਰ ਡਾਕਟਰ ਕੋਲੇ ਜਾਵੇ ਨਾ, ਇਲਾਜ ਕਰਾਵੇ ਨਾ, ਤੇ ਦਵਾਈ ਖਾਵੇ ਨਾ, ਤੇ ਉਹ ਠੀਕ ਕਿਵੇਂ ਹੋਊਗਾ? ਸਾਡੇ ਸਾਰੇ ਦੇ ਸਾਰੇ ਇਸ ਤਰ੍ਹਾਂ ਪ੍ਰਚਾਰਕਾਂ ਨੇ, ਸਾਧਾਂ ਡੇਰਿਆਂ ਵਾਲਿਆਂ ਨੇ ਸਾਨੂੰ ਮੰਤਰ ਜਾਪ ਤੇ ਲਾ ਦਿੱਤਾ। ਅਸੀਂ ਰੱਬ ਦੇ ਨਾਮ ਨੂੰ ਕਿਸੇ ਵੀ ਤਰੀਕੇ ਨਾਲ ਰੱਟਾ ਲਾ ਕੇ ਗਾਈ ਤਾਂ ਜਾਂਦੇ ਹਾਂ, ਬੋਲੀ ਤਾਂ ਜਾਂਦੇ ਹਾਂ, ਪਰ ਜਿਹੜਾ ਉਹ ਸ਼ਬਦ ਦੇ ਵਿੱਚ ਉਪਦੇਸ਼ ਲਿਖਿਆ ਹੋਇਆ ਉਹ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ। ਤੇ ਇਸੇ ਕਰਕੇ ਅਸੀਂ ਲਗਾਤਾਰ ਪਛੜ ਗਏ ਹਾਂ। ਇੰਨੀ ਅਗਾਂਹ ਵਧੂ ਕ੍ਰਾਂਤੀਕਾਰੀ ਬਾਣੀ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਜੋ ਆਲਾ ਦੁਆਲਾ ਸਾਡਾ ਕਾਲਪਨਿਕ ਕਹਾਣੀਆਂ ਨਾਲ ਭਰਿਆ ਹੋਇਆ ਸੀ ਉਹ ਸਾਡੇ 'ਚ ਵੀ ਸਾਰੀਆਂ ਆ ਗਈਆਂ, ਪੁਜਾਰੀਵਾਦ ਸਾਡੇ ਵਿੱਚ ਵੀ ਪੈਦਾ ਹੋ ਗਿਆ, ਤੇ ਬਾਣੀ ਅਸੀਂ ਪੜ੍ਹ ਕੇ ਸਮਝ ਕੇ ਜੀਵਨ 'ਚ ਲਾਗੂ ਕਰਨ ਵਾਸਤੇ ਤਿਆਰ ਨਹੀਂ ਹਾਂ। ਆਲੇ ਦੁਆਲੇ ਜਿਹੜੇ ਦੇਖਦੇ ਹਾਂ, ਦੋ ਅੱਖਰ ਕਿਸੇ ਨੂੰ ਬਾਣੀ ਦੇ ਜੇਕਰ ਸਾਹਮਣੇ ਰੱਖ ਦੇਈਏ ਤਾਂ ਉਹਦੇ ਅਰਥ ਨਹੀਂ ਆਉਂਦੇ, ਉਹਨੂੰ ਪਤਾ ਨਹੀਂ ਵੀ ਇਹ ਦਸਮ ਗ੍ਰੰਥ 'ਚੋਂ ਆਇਆ ਕੋਈ, ਜੇ ਜਾਂ ਕਿਤੇ ਗੁਰਬਿਲਾਸ ਪਾਤਸ਼ਾਹੀ 6ਵੀਂ 'ਚੋਂ ਆਈ ਹੈ ਜਾਂ ਗੁਰੂ ਗ੍ਰੰਥ ਸਾਹਿਬ 'ਚੋਂ ਆਈ ਹੈ। ਕਿਤੋਂ ਵੀ ਕੋਈ ਪੰਗਤੀ ਸੁਣਾ ਦੇਵੇ ਉਹਨੂੰ ਨੀਵੀਂ ਪਾ ਕੇ ਸੁਣ ਲੈਂਦੇ ਨੇ। ਗੁਰਦੁਆਰਿਆਂ ਦੀਆਂ ਵੱਡੀਆਂ ਸਟੇਜਾਂ ਦੇ ਉੱਤੇ ਕੂੜ ਕਬਾੜ ਸੁਣਾਇਆ ਜਾ ਰਿਹਾ ਤੇ ਲੋਕੀ ਨੀਵੀਆਂ ਪਾ ਕੇ ਸੁਣ ਰਹੇ ਨੇ, ਆਪਣਾ ਸਮਾਂ ਤਾਂ ਬਰਬਾਦ ਕਰਦੇ ਹੀ ਕਰਦੇ ਨੇ, ਇਹ ਕਹਿ ਲਈਏ ਆਪਣੀ ਜ਼ਿੰਦਗੀ ਵੀ ਬਰਬਾਦ ਕਰਦੇ ਨੇ ਤੇ ਗੁਰੂ ਸਾਹਿਬ ਦਾ ਅਪਮਾਨ ਵੀ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਉਲਟ ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਗੱਲਾਂ ਸੁਣਾਈਆਂ ਜਾ ਰਹੀਆਂ ਨੇ। ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਭਾਈ ਇਹ ਮੰਤਰ ਜਾਪਾਂ ਦੇ ਨਾਲ ਚੰਗੇ ਇਨਸਾਨ ਬਣਨ ਦੀਆਂ ਗੱਲਾਂ ਅਸੀਂ ਬਹੁਤ ਸੁਣ ਲਈਆਂ, ਅਸੀਂ ਪ੍ਰੈਕਟੀਕਲ ਜੀਵਨ ਆਪਣਾ ਚੰਗਾ ਬਣਾਵਾਂਗੇ ਤੇ ਚੰਗੇ ਕੰਮ ਕਰਾਂਗੇ। ਜੀ ਜੀ ਬਾਪੂ ਜੀ, ਭਾਵ ਇਹਨਾਂ ਨੇ ਸਾਨੂੰ ਅਸਲੀਅਤ ਦੇ ਵੱਲ ਲੈ ਕੇ ਹੀ ਨਹੀਂ ਗਿਆ ਸਾਡਾ ਜਿਹੜਾ ਧਾਰਮਿਕ ਜਿਹੜਾ ਮਜ਼ਹਬੀ ਜਿਹੜੇ ਸਾਡੇ ਲੋਕ ਹੈਗੇ ਆ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਬਾਪੂ ਜੀ ਇੱਥੇ ਜਿਹੜੀਆਂ ਜੋਗ ਜੁਗਤੀਆਂ ਦੀ ਗੱਲ ਕੀਤੀ ਆ, ਸ਼ਾਸਤਰਾਂ ਦੀ, ਸਿਮਰਤੀਆਂ ਦੀ ਜਾਂ ਵੇਦਾਂ ਦੀ ਗੱਲ ਕੀਤੀ ਹੈ, ਤੇ ਇੱਥੇ ਆਮ ਤੌਰ 'ਤੇ ਇਹ ਜਿਹੜੇ ਜਿਵੇਂ ਹੁਣ ਸਾਡੇ ਟੀਕਾਕਾਰ ਆ ਉੱਥੇ ਉਹ ਤਾਂ ਇਹਨੂੰ ਗਿਆਨ ਦੇ ਗ੍ਰੰਥਾਂ ਵੱਲ ਲੈ ਕੇ ਜਾਂਦੇ ਆ ਇਹਦੇ ਅਰਥ, ਪਰ ਜੇ ਆਪਾਂ ਸਿੱਧੇ ਤੌਰ 'ਤੇ ਜੇ ਆਪਾਂ ਇਹਨੂੰ ਦੇਖੀਏ ਤਾਂ ਜਿਹੜੇ ਸਨਾਤਨ ਵਾਲੇ ਆ ਉਹ ਤਾਂ ਇਹਨੂੰ ਇਹ ਕਹਿੰਦੇ ਆ ਕਿ ਵੀ ਜੀ ਸਾਡਾ ਸਾਰਾ ਕੁਝ ਜਿਹੜਾ ਹੈਗਾ ਆ ਸੁਣਿਆ ਸ਼ਾਸਤ ਸਿਮਰਤ ਵੇਦ ਵੀ, ਜਿਹੜੀ ਇਹਦੇ ਵਿੱਚ ਵੀ ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ, ਵੇਦਾਂ ਨੂੰ ਵੀ ਜਿਹੜਾ ਪੜ੍ਹਨ ਦਾ ਜ਼ਿਕਰ ਮਿਲਦਾ, ਪਰ ਗੁਰੂ ਨਾਨਕ ਸਾਹਿਬ ਜਾਂ ਹੋਰ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਇਹਦੀ ਹੋਰਨਾਂ ਥਾਵਾਂ ਦੇ ਉੱਤੇ ਇਹਦੀ ਵਿਰੋਧਤਾ ਵੀ ਕਰਦੇ ਆ ਇਹਨਾਂ ਸਿਸਟਮਾਂ ਦੀ, ਹੈ ਨਾ, ਵੀ ਇਹ ਇਸ ਸਿਸਟਮ ਦੀ, ਇਸ ਪੈਟਰਨ ਦੀ। ਅਤੇ ਇੱਥੇ ਜਿਹੜਾ ਇਹ ਕਿਸ ਰੂਪ ਦੇ ਵਿੱਚ ਇਹ ਵੰਨਗੀ ਨੂੰ ਲਿਆ ਗਿਆ ਆ, ਜੋਗ ਜੁਗਤੀ ਨੂੰ ਜਾਂ ਸ਼ਾਸਤਰਾਂ ਨੂੰ, ਸਿਮਰਤਾਂ ਨੂੰ, ਵੇਦਾਂ ਨੂੰ ਇਹ ਕਿਸ ਰੂਪ ਦੇ ਵਿੱਚ ਲਿਆ ਗਿਆ, ਉਹ ਪ੍ਰਕਰਨ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ। ਜੀ ਪਹਿਲੀ ਗੱਲ ਤਾਂ ਜਿਹੜੇ ਜੋਗੀ ਲੋਕ ਸੀ, ਗੁਰੂ ਨਾਨਕ ਸਾਹਿਬ ਨੇ ਜੋਗੀ ਜੁਗਤ ਨਾ ਜਾਣੈ ਅੰਧ ਇਹ ਵੀ ਲਿਖਿਆ ਹੋਇਆ ਗੁਰਬਾਣੀ ਦੇ, ਬਿਲਕੁਲ ਜੀ। ਤੀਨੇ ਉਜਾੜੇ ਕਾ ਬੰਦ, ਜਾਣੀ ਕਿ ਇਹ ਪੁਜਾਰੀ ਤਬਕਾ ਜਿਹਨਾਂ ਦੇ ਵਿੱਚ ਜੋਗੀ ਵੀ ਹੈ, ਬ੍ਰਾਹਮਣ ਵੀ ਹੈ ਤੇ ਕਾਜੀ ਵੀ ਹੈ, ਇਹਨਾਂ ਨੇ ਸਮਾਜ ਨੂੰ ਉਜਾੜ ਕੇ ਰੱਖ ਦਿੱਤਾ ਹੈ। ਆਹ ਸਖੀ ਵਾਰ ਦੇ ਵਿੱਚ ਆਉਂਦਾ ਇਹ। ਤੇ ਗੁਰੂ ਨਾਨਕ ਸਾਹਿਬ ਨੇ 73 ਪੌੜੀਆਂ ਜਿਹੜੀਆਂ ਜੋਗੀਆਂ ਨਾਲ ਸੰਬੰਧਿਤ ਜਿਹੜੀ ਆ ਸਿੱਧ ਗੋਸ਼ਟ ਬਾਣੀ ਹੈ ਉਹਦੇ ਵਿੱਚ ਉਹ ਲਿਖੀਆਂ ਹੋਈਆਂ ਨੇ, ਸਾਰੇ ਮਸਲੇ ਇਹ ਉਠਾਏ ਨੇ ਗੁਰੂ ਨਾਨਕ ਸਾਹਿਬ ਨੇ, ਤੇ ਉਹਨਾਂ ਨੂੰ ਪਹਾੜਾਂ 'ਚੋਂ ਥੱਲੇ ਉਤਰ ਕੇ ਸਮਾਜ ਦੇ ਵਿੱਚ ਵਿਚਰ ਕੇ ਕੰਮ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ ਕਿ ਜਦੋਂ ਤੁਸੀਂ ਜਿਵੇਂ ਕਿ ਭਾਈ ਗੁਰਦਾਸ ਨੇ ਆਪਣੀ ਅਵਾਰਾਂ 'ਚ ਲਿਖਿਆ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਪਾਰ ਉਤਾਰਨ ਦੀਆਂ ਗੱਲਾਂ ਕਰਦੇ ਹੋ ਲੋਕਾਂ ਨੂੰ, ਆਪ ਤੇ ਪਹਾੜਾਂ 'ਚ ਲੋਕੇ ਬੈਠੇ ਹੋ ਤੇ ਲੋਕਾਂ ਦਾ ਪਾਰ ਨਿਸਤਾਰਾ ਕਿਵੇਂ ਹੋਵੇਗਾ? ਜਿਹੜੇ ਜਿਹੀ ਲੋਕਾਂ ਦਾ ਕਤਲੇਆਮ ਹੋ ਰਿਹਾ, ਬਹੂ ਬੇਟੀਆਂ ਟਕੇ ਟਕੇ ਨੂੰ ਵਿਕ ਰਹੀਆਂ ਨੇ, ਕੀ ਹਾਲਤਾਂ ਭਾਰਤ ਦੇ ਲੋਕਾਂ ਦੀਆਂ ਹੋ ਗਈਆਂ ਨੇ, ਤੇ ਤੁਸੀਂ ਭਗਤੀ ਤਪੱਸਿਆ ਦੇ ਪਖੰਡ ਕਰ ਰਹੇ ਹੋ। ਇਹਦਾ ਮਤਲਬ ਅਸਲ 'ਚ ਤੁਸੀਂ ਭਗੌੜੇ ਲੋਕ ਹੋ, ਡਰਪੋਕ ਲੋਕ ਹੋ, ਤੁਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਏ, ਆਪਣੇ ਪਰਿਵਾਰ ਦੀ ਸੰਭਾਲ ਕਰਨੀ, ਆਪਣੇ ਸਮਾਜ ਦੀ ਰਾਖੀ ਕਰਨੀ, ਖੇਤੀ ਪੱਤੀ ਕਰਨੀ ਜਾਂ ਹੋਰ ਜਿਹੜੇ ਜ਼ਿੰਮੇਵਾਰੀ ਦੇ ਕੰਮ ਨੇ ਉਹ ਕਰਨ ਤੋਂ ਤੁਸੀਂ ਭਗੌੜੇ ਲੋਕ ਹੋ। ਤੁਸੀਂ ਧੋਤੀ ਕਰਨੀ, ਨੇਤੀ ਕਰਨੀ ਤੇ ਪੁੱਠੇ ਸਿੱਧੇ ਜਿਹੜੇ ਕੰਨ ਪਕੜਨੇ ਤੇ ਦਰਖਤਾਂ ਨਾਲ ਵੀ ਪੁੱਠੇ ਲਟਕ ਜਾਣਾ, ਧੂਣੀਆਂ ਤਾਪਣੀਆਂ, ਜਲਧਾਰੇ ਕਰਨੇ, ਬਰਫਾਂ 'ਚ ਆਪਣੇ ਆਪ ਨੂੰ ਗਾਲ ਲੈਣਾ, ਲਾਣਤ ਹੈ ਤੁਹਾਡੇ ਲੋਕਾਂ ਤੇ। ਬਾਕੀ ਤਰੀਕਿਆਂ ਨਾਲ ਤਾਂ ਤੁਸੀਂ ਭੁੱਖੇ ਨੰਗੇ ਰਹਿ ਕੇ ਸਰੀਰਾਂ ਨੂੰ ਕਸ਼ਟ ਦੇਈ ਜਾਂਦੇ ਹੋ,
ਪਰ ਆਪਣੇ ਲੋਕਾਂ ਦੇ ਭਲੇ ਵਾਸਤੇ ਰਾਈ ਮਾਤਰ ਤੁਸੀਂ ਕਸ਼ਟ ਦੇਣ ਨੂੰ ਤਿਆਰ ਨਹੀਂ, ਤੇ ਫਿਰ ਤੁਸੀਂ ਚੰਗੇ ਭਗਤ ਇਨਸਾਨ ਕਿਵੇਂ ਉਸ ਅਖਵਾ ਸਕਦੇ ਹੋ ਆਪਣੇ ਆਪ ਨੂੰ? ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਇਹੀ ਆਖਿਆ, ਸੁਣਿਆ ਜੋਗ ਜੁਗ ਤਨ ਭੇਦ ਲਾਣਤ ਹੈ, ਤੁਹਾਡੀ ਜੋਗ ਨੂੰ ਤੁਹਾਡੀ ਜ਼ਿੰਦਗੀ ਦੀਆਂ ਜਿਹੜੀ ਯੁਗਤੀਆਂ ਲੋਕਾਂ ਨੂੰ ਸਿਖਾਉਂਦੇ ਨੇ ਇਹ ਮੈਂ ਪੜ੍ਹ ਲਈਆਂ, ਮੈਂ ਸਮਝ ਲਈਆਂ, ਮੈਨੂੰ ਇਹਨਾਂ ਦੀ ਲੋੜ ਨਹੀਂ। ਤੁਸੀਂ ਸਮਾਜ ਦੇ ਭਲੇ ਵਾਸਤੇ ਰਾਈ ਮਾਤਰ ਵੀ ਕੋਈ ਕੰਮ ਚੰਗਾ ਨਹੀਂ ਕੀਤਾ, ਇਸੇ ਕਰਕੇ ਮੈਨੂੰ ਪਤਾ ਲੱਗ ਗਿਆ, ਸੁਣ ਲਿਆ ਮੈਂ ਸਾਰਾ ਕੁਝ ਤੁਹਾਡੇ ਬਾਰੇ, ਮੈਂ ਸਟੱਡੀ ਕਰਕੇ ਇੱਥੇ ਆਇਆ ਤੇ ਤੁਹਾਡੇ ਨਾਲ ਆਹਮਣੇ ਸਾਹਮਣੇ ਬੈਠ ਕੇ ਵਿਚਾਰਾਂ ਵੀ ਮੈਂ ਕਰ ਚੁੱਕਿਆ, ਤੇ ਤੁਸੀਂ ਤਾਂ ਕੁਝ ਵੀ ਸਮਾਜ ਦਾ ਨਹੀਂ ਸੰਵਾਰਿਆ। ਇਸੇ ਤਰ੍ਹਾਂ ਅੱਗੋਂ ਆਉਂਦੀ ਹੈ, ਸੁਣਿਆ ਸਾਸ਼ਤ ਸਿਮਰਤ ਵੇਦ, ਇਹ ਜਿਹੜੇ ਸਾਸ਼ਤ ਸਿਮਰਤ ਦੀਆਂ ਗੱਲਾਂ ਸਾਡੇ ਭਰਾ ਬਹੁਤ ਕਰਦੇ ਨੇ, ਤੇ ਠੀਕ ਹੈ ਆਪਣੇ ਜ਼ਮਾਨੇ 'ਚ ਅੱਜ ਤੋਂ 2000 ਸਾਲ ਪਹਿਲਾਂ ਜਾਂ 5000 ਸਾਲ ਪਹਿਲਾਂ, ਕਿਉਂਕਿ 25 ਤਰੀਕ ਕੋਈ ਨਹੀਂ ਹੈ ਇਹਨਾਂ ਦੇ ਲਿਖਣ ਦੀ, ਤੇ ਉਹ ਕਿੰਨਾ ਸਮਾਂ ਪਹਿਲਾਂ ਲਿਖੇ ਗਏ ਸੀ, ਅੱਜ ਉਹਨਾਂ ਨੇ ਕੁਝ ਵੀ ਸਾਨੂੰ ਨਹੀਂ ਦੇਣਾ। ਇਹ ਯਾਦ ਰੱਖਿਓ ਕਿ ਵੇਦਾਂ ਦੀ ਦੇਣ ਹੈ ਔਰਤ ਨੂੰ ਨੀਵੀਂ ਸਮਝਣਾ, ਵੇਦਾਂ ਦੀ ਦੇਣ ਹੈ ਜਿਹੜੇ ਜਾਤ ਪਾਤ ਦੀਆਂ ਵੰਡੀਆਂ ਪਾਉਣੀਆਂ, ਵੇਦਾਂ ਦੀ ਦੇਣ ਹੈ ਜਿਹੜਾ ਭਗੌੜੇ ਹੋ ਕੇ ਭਗਤੀ ਵਗੈਰਾ ਕਰ ਲੈਣਾ, ਵੇਦਾਂ ਦੀ ਦੇਣ ਹੈ ਜਿਹੜੇ ਇਹ ਨਰਕ ਸੁਰਗ ਅਤੇ ਹੋਰ ਜਿਹੜੇ ਇਹੋ ਜਿਹੇ ਪਖੰਡ ਨੇ ਉਹਨਾਂ ਦੀ ਉਹਨਾਂ ਨੂੰ ਪੈਦਾ ਕਰਨਾ, ਤੇ ਵੇਦਾਂ ਦੀ ਦੇਣ ਹੈ ਜਿਹੜਾ ਪੁਜਾਰੀ ਤਬਕਾ ਖੜਾ ਕਰ ਦੇਣਾ। ਇਹਦਾ ਮਤਲਬ ਵੇਦਾਂ ਦੀ ਹੀ ਦੇਣ ਹੈ ਕਿ ਬਾਕੀ ਵਿਦਿਆ ਸੰਸਕ੍ਰਿਤ ਵਗੈਰਾ ਕੇਵਲ ਬ੍ਰਾਹਮਣ ਪੜੂਗਾ, ਹੋਰ ਸਾਰਿਆਂ ਦੇ ਪੜ੍ਹਨ ਤੇ ਪਾਬੰਦੀ ਲਾ ਦੇਣੀ। ਆ ਸਾਧਵਾਦ ਵੇਦਾਂ ਚੋਂ ਪੈਦਾ ਹੋਇਆ, ਜਿਹੜਾ ਕੁਛ ਧਰਮ ਪੁਸਤਕਾਂ 'ਚ ਲਿਖਿਆ ਹੋਇਆ ਪ੍ਰੈਕਟੀਕਲ ਤੌਰ ਤੇ ਸਮਾਜ ਦੇ ਵਿੱਚ ਜੋ ਵਾਪਰ ਰਿਹਾ ਅਸੀਂ ਉਸੇ ਤੋਂ ਅੰਦਾਜ਼ਾ ਲਾਵਾਂਗੇ ਕਿ ਇਹਦਾ ਮਤਲਬ ਹੈ ਇਹਨਾਂ ਦੀਆਂ ਧਰਮ ਪੁਸਤਕਾਂ ਤੋਂ ਇਹਨਾਂ ਨੂੰ ਇਹੋ ਹੀ ਸਿੱਖਿਆ ਮਿਲੀ ਹੈ। ਇਸੇ ਤਰ੍ਹਾਂ ਸਿੱਖਾਂ ਨੂੰ ਵੀ ਦੇਖ ਕੇ ਲੋਕੀ ਇਹੀ ਅੰਦਾਜ਼ਾ ਲਾਉਣਗੇ ਕਿ ਅੱਜ ਜਿਹੜਾ ਕੋਈ ਸਿੱਖ ਕਰਦੇ ਨਜ਼ਰ ਆ ਰਹੇ ਨੇ ਇਹਦਾ ਮਤਲਬ ਹੈ ਗੁਰਬਾਣੀ 'ਚ ਇਹੀ ਲਿਖਿਆ, ਭਾਵੇਂ ਕਿ ਉਹ ਗੱਲਾਂ ਨਾ ਵੀ ਲਿਖੀਆਂ ਹੋਣ ਪਰ ਦੂਜੇ ਨੇ ਦੇਖਣ ਵਾਲੇ ਨੇ ਸਾਡੇ ਜੀਵਨ ਨੂੰ ਦੇਖ ਕੇ ਅੰਦਾਜ਼ਾ ਲਾਉਣਾ। ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਉਹ ਭਾਈ ਇਹ ਕਥਾ ਕਹਾਣੀਆਂ ਪਾਪ ਪੁੰਨ ਇਹ ਵੇਦਾਂ ਨੇ ਬਹੁਤ ਕੁਝ ਲਿਆਂਦਾ, ਰਹਿਣ ਦੋ ਟੱਕਿਆ ਇਹਨਾਂ ਨੂੰ, ਅੱਜ ਕਿਸੇ ਕੰਮ ਨਹੀਂ ਆਉਣਾ। ਦੇ ਲੈਣਾ ਲੈ ਦੇਣਾ ਨਰਕ ਸੁਰਗ ਅਵਤਾਰ, ਇਹ ਦੇ ਦੇਣਾ ਦਾਨ ਕਰ ਦੇਣਾ ਤੇ ਦਾਨ ਲੈ ਲੈਣਾ, ਨਰਕ ਅਤੇ ਸੁਰਗ ਦੇ ਵਿੱਚ ਚਲੇ ਜਾਣਾ, ਚੰਗੇ ਕੰਮ ਕਰ ਲਏ ਸੁਰਗ ਮਿਲ ਗਿਆ, ਮਾੜੇ ਕਰ ਲਏ ਨਰਕ ਮਿਲ ਗਿਆ। ਅਗਲੇ ਜਨਮ ਦੀਆਂ ਗੱਲਾਂ ਤੇ ਬਹੁਤ ਕਰਦੇ ਨੇ, ਇਹ ਜਨਮ ਹੈ ਸਾਰਾ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ। ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ, ਕੋਈ ਉੱਤਮ ਬਣ ਗਿਆ, ਕੋਈ ਮੱਧਮ ਜਾਤ ਵਾਲਾ ਬਣ ਗਿਆ ਤੇ ਕੋਈ ਨੀਵੀਂ ਜਾਤ ਦਾ ਬਣ ਗਿਆ, ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਇਹਨਾਂ ਨੇ ਭਰਮਾਂ 'ਚ ਪਾ ਦਿੱਤਾ। ਤੇ ਗੁਰੂ ਸਾਹਿਬ ਫਿਰ ਲਾਜਵਾਬ ਗੱਲ ਕਰ ਰਹੇ ਨੇ, ਅੰਮ੍ਰਿਤ ਬਾਣੀ ਤੱਤ ਬਖਾਣੀ ਗਿਆਨ ਧਿਆਨ ਵਿੱਚ ਆਈ। ਇਹ ਅੰਮ੍ਰਿਤ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੀ ਸਾਡੇ ਤੱਕ ਪਹੁੰਚੀ ਹੈ, ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰੀ ਜ਼ਿੰਦਗੀ ਦਾ ਨਿਚੋੜ ਪੇਸ਼ ਕਰਦੀ ਹੈ ਸਾਡੇ ਸਾਹਮਣੇ, ਇਹ ਗਿਆਨ ਦਿੰਦੀ ਹੈ, ਇਹ ਸਾਰੀਆਂ ਸਾਰੇ ਕੰਮ ਧਿਆਨ ਨਾਲ ਕਰਨ ਵਾਸਤੇ ਕਹਿੰਦੀ ਹੈ ਸਾਨੂੰ। ਗੁਰਮੁਖ ਆਖੀ ਗੁਰਮੁਖ ਜਾਤੀ, ਇਹ ਗੁਰਮੁਖ ਦੀ ਆਖੀ ਹੋਈ ਹੈ, ਭਾਵ ਕਿ ਉੱਤਮ ਮਨੁੱਖ ਦੀ ਆਖੀ ਹੋਈ ਹੈ ਜਿਹਦਾ ਆਪਣਾ ਜੀਵਨ ਬਹੁਤ ਉੱਤਮ ਸੀ, ਜਿਹਨੇ ਕੁਛ ਕਰਕੇ ਵਿਖਾਇਆ, ਜਿਹੜਾ ਸਮਾਜ ਚੋਂ ਭਗੌੜਾ ਨਹੀਂ ਹੋਇਆ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ, ਆਪਣੀ ਸੁਰਤੀ 'ਚ ਬਿਠਾ ਕੇ ਇਸ ਚੰਗੇ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕੀਤਾ, ਸਾਰੇ ਕੰਮ ਫਿਰ ਵਧੀਆ ਢੰਗ ਦੇ ਕੀਤੇ ਨੇ। ਤੇ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਫਿਰ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਕਿੰਨੇ ਪਰਉਪਕਾਰ ਕੀਤੇ ਨੇ, ਭਾਵਨਾ ਤਾਂ ਇਹ ਸੀ ਤੇ ਉਹ ਅਸੀਂ ਦਿੱਤੀ ਭੁਲਾ। ਤੇ ਜਿਹੜੀਆਂ ਅਗਲੀਆਂ ਪੰਕਤੀਆਂ ਨੇ ਫਿਰ ਉਹ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਸ ਤਰ੍ਹਾਂ ਇਸ ਰਾਹ ਤੇ ਚੱਲਣ ਦੇ ਨਾਲ ਅਸੀਂ ਸਦਾ ਵਿਕਾਸ ਕਰਾਂਗੇ, ਅੱਗੇ ਤੋਂ ਅੱਗੇ ਵਧਾਂਗੇ, ਤੇ ਜਿਹੜੇ ਦੁੱਖਾਂ ਦਾ ਪਾਪਾਂ ਦਾ ਨਾਸ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਹੋਣਾ, ਚੰਗੇ ਕੰਮ ਕਰਕੇ ਉਹਨਾਂ ਬੁਰਾਈਆਂ ਨੂੰ ਖਤਮ ਕਰਕੇ ਉਹਨਾਂ ਭੈੜੇ ਰਾਹਾਂ ਨੂੰ ਛੱਡ ਕੇ ਅਸੀਂ ਚੰਗੇ ਇਨਸਾਨ ਬਣੀਏ, ਅਕਲਵੰਦ ਬਣੀਏ, ਹਿੰਮਤੀ ਬਣੀਏ ਤੇ ਸਦਾ ਵਿਕਾਸ ਕਰਦੇ ਰਹੀਏ। ਵਿਗਿਆਨ ਦੀਆਂ ਚੀਜ਼ਾਂ ਵੇਖ ਲਓ ਜਿੰਨੀਆਂ ਸਾਡੇ ਕੋਲੇ ਆਉਂਦੀਆਂ ਨੇ, ਉਹਨਾਂ ਸਾਰੀਆਂ ਦੇ ਵਿੱਚੋਂ ਜਦੋਂ ਨਵੀਂ ਤੋਂ ਨਵੀਂ ਕੋਈ ਚੀਜ਼ ਆਉਂਦੀ ਹੈ, ਹਰ ਸਾਲ 2-4-6 ਮਹੀਨਿਆਂ ਪਿੱਛੋਂ ਵੀ ਕਈ ਵਾਰੀ, ਤੇ ਜਦੋਂ ਨਵੀਂ ਚੀਜ਼ ਬਣ ਕੇ ਆਉਂਦੀ ਹੈ ਉਹ ਪਹਿਲਾਂ ਨਾਲੋਂ ਹੋਰ ਵਧੀਆ ਬਣਾਈ ਹੁੰਦੀ ਹੈ, ਨਵੀਆਂ ਚੀਜ਼ਾਂ ਉਹਦੇ 'ਚ ਹੋਰ ਫਿੱਟ ਕੀਤੀਆਂ ਹੁੰਦੀਆਂ ਨੇ, ਚਾਹੇ ਮੋਬਾਈਲ ਲਾ ਲਓ, ਕੰਪਿਊਟਰ ਲਾ ਲਓ, ਗੱਡੀਆਂ ਮੋਟਰਾਂ ਲਾ ਲਓ, ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਹਰ ਵਾਰੀ ਵਿਕਸਿਤ ਹੋ ਕੇ ਸਾਡੇ ਤੱਕ ਪਹੁੰਚਦੀਆਂ ਨੇ। ਉਹਨਾਂ ਦਾ ਦਿਮਾਗ ਜੇ ਵਿਕਸਿਤ ਹੋਇਆ ਤਾਂ ਉਹ ਵਿਕਾਸ ਕਰ ਰਹੇ ਨੇ, ਸਾਡਾ ਦਿਮਾਗ ਰੋਕ ਦਿੱਤਾ ਗਿਆ,
पर गुरु नानक साहब कह रहे ने भाई विकास करना है, अगे बढ़ना है, नानक भगता सदा विकास, जी सुने है दुख दुख पाप पाप का कारण। करना जी बिल्कुल बापू जी। जिस तरीके दे नाल भगत दा जिहड़ा कंसैप्ट आ साडे लोकां तक दर्शाया जांदा आ साडे पुजारी तबके वल्लों, उह इह दर्शाया जांदा कि भगत तां जिवें तुसीं शुरुआत दे विच ही गल कीती है कि माला फड़ के बैठा होएगा, कोई ऐदां समाधियां लगियां होणगियां, उह इस तरीके दे नाल साडे लोकां दे सामने पेश करदे आ। जे आपां गुरबाणी दे विच्चों ही समझदे आ कि भगत आ जिहड़ा जां माला फेरन वाले नूं की कहिंदे आ, साडे गुरु साहिब जां साडे भगत साहिबान उह तां शरेआम ही कह दिंदे आ, माथे तिलक हथ माला बाना लोगन राम खिलौना जाना, हैना उह तां इस तरीके दे नाल गल कर दिंदे आ। जां इह गल कह दिंदे आ कि कबीर मेरी सिमरनी रसना उपर राम, हैना वी मेरी सिमरनी तां रसना उपर जिहड़ा रमे होए दी गल करन वाली आ, ते असीं तां उस कंसैप्ट नूं बिल्कुल भुला चुके आ। बहुत शुक्रगुजार हाँ बापू जी, तुसीं साडे श्रोतियां दे नाल नवीं पौड़ी दा जिहड़ा संखेप जिहड़ी व्याख्या अर्थ भाव जिहड़े उहनां दे नाल सांझे कीते आ। पर मैं जांदा जांदा इक तुहानूं गुजारिश कर देवां कि तुसीं साडे श्रोतियां नूं कोई अंतिम जिहड़ा संदेश देणा इस प्रोग्राम दा जे चाहुंदे हो तां जरूर सांझा कर दिओ जी। जी बापू जी बस जिहड़ी गल गुरु नानक साहिब सानू समझा रहे ने, विकास नानक भगतां सदा विकास, जे साडे मन च इह गल बह जावे, जिवें बच्चा पैदा होण वेले पैदा हो के कुछ भी नहीं जाणदा, पर उह लगातार अगे तों अगे सिखदा जांदा, अगे वधदा जांदा ते विकास करदा जांदा, असीं सदा विकास करदे जाणा है। जी बहुत शुक्रिया बापू जी, बहुत शुक्रगुजार हाँ साडे श्रोतियां दा जिन्हां ने बड़े प्यार दे नाल सत्कार दे नाल पूरे प्रोग्राम नूं सुणिया आ। ते लास्ट वारी गुजारिश कर देवां, बेनती कर देवां कि जी साडे इस प्रोग्राम नूं वध तों वध शेयर लाइक ते साडा जिहड़ा चैनल आ उह सबसक्राइब जरूर कर लिओ तां जो पता लग जावे कि जिहड़ा असीं जो इस कम्म ते लगे होए आ, जिहड़े प्रणाली नूं असीं गुरु नानक साहिब दी अर्थ भावां नूं पूर्ण तौर ते जे असीं समझ चाहुंदे आ, तां तुहाडे नाल जो जो भी बापू जी नाल साडी गल्लबात हुंदी आ, साडे प्रोग्राम हुंदे आ इस चैनल दे उपर तुहाडे नाल सांझे हो जाणगे। बहुत शुक्रिया बापू जी, बहुत शुक्रिया जी। वाहिगुरू जी का खालसा, ओके जी, वाहिगुरू जी की खालसा फतेह वाहिगुरु जी। जी की फतेह।